ਤੇਜੁੱਤੇ ਸੁਸ਼ੋਭਿਤ ਬਹੁਤ ਹੀ ਸਤਿਕਾਰਯੋਗ ਸ਼ਖਸੀਅਤਾਂ ਔਰ ਇਸ ਹਾਰ ਵਿੱਚ ਸੁਸ਼ੋਭਿਤ ਬਹੁਤ ਹੀ ਸਤਿਕਾਰਯੋਗ ਗੁਰੂ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲ 'ਚ ਮੈਂ ਤਾਂ ਅਖਬਾਰ ਵਿੱਚ ਇੱਕ ਖਬਰ ਪੜ੍ਹੀ ਸੀ, ਹਾਂਜੀ, ਅਖਬਾਰ ਵਿੱਚ ਜੋ ਅਖਬਾਰ ਵਿੱਚ ਆਇਆ ਸੀ ਵਿਸ਼ਾ ਬੜਾ ਇੰਪੋਰਟੈਂਟ ਸੀ, ਬੜਾ ਮਹੱਤਵਪੂਰਨ ਸੀ, ਜਿਹਦਾ ਸੰਬੰਧ ਸਾਡੀ ਸਾਰੀਆਂ ਜ਼ਿੰਦਗੀਆਂ ਨਾਲ, ਸਾਡੇ ਬੱਚਿਆਂ ਦੇ ਭਵਿੱਖ ਨਾਲ, ਸਾਡੇ ਦੇਸ਼ ਦੇ ਭਵਿੱਖ ਨਾਲ ਜੁੜੇ ਹੋਏ ਸੀ। ਇਸ ਲਈ ਮੈਂ ਸਾਰੀਆਂ ਬਾਕੀ ਕੰਮ ਛੱਡ ਕੇ ਅੱਜ ਇਸ ਕਰਕੇ ਤੁਹਾਡੇ ਸਾਰੇ ਦਰਸ਼ਨ ਕਰਨ ਵਾਸਤੇ ਇੱਥੇ ਹਾਜ਼ਰ ਹੋਇਆ। ਔਰ ਗੁਸਤਾ ਮਾਲ ਸਿੰਘ ਹੋਰਾਂ ਨੇ, ਜਿਨ੍ਹਾਂ ਨੇ ਪੁਸਤਕ ਲਿਖ ਕੇ ਬਹੁਤ ਵੱਡੀ ਸੇਵਾ ਕੀਤੀ ਹੈ, ਉਹਦੇ ਵਿਚਾਰ ਮੈਂ ਸੁਣੇ। ਉਹਨਾਂ ਤੋਂ ਬਾਅਦ ਸਰਦਾਰ ਸਾਹਿਬ ਬੋਲ ਕੇ ਗਏ ਨੇ ਚੰਡੀਗੜ੍ਹ ਵਾਲੇ, ਇਹਦੇ ਵਿਚਾਰ ਸੁਣੇ। ਮੈਨੂੰ ਕਾਫ਼ੀ ਵੱਖ ਵੱਖ ਸੱਜਣਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਇਹ ਜਿਹੜਾ ਦਰਦ ਤੁਸੀਂ ਅੱਜ ਡਿਸਕਸ ਕਰ ਰਹੇ ਹੋ, ਇਹ ਬਹੁਤ ਪੁਰਾਣਾ ਦਰਦ ਹੈ। ਇਸ ਦਰਦ ਨੂੰ ਦੂਰ ਕਰਨ ਵਾਸਤੇ ਵੱਖ ਵੱਖ ਸਮੇਂ ਵੱਖ ਵੱਖ ਸਥਿਤੀਆਂ ਨੇ, ਵੱਖ ਵੱਖ ਜਥੇਬੰਦੀਆਂ ਨੇ ਬੜੇ ਯਤਨ ਕੀਤੇ, ਪਰ ਅਜੇ ਨਿਸ਼ਾਨੇ ਦੇ ਨੇੜੇ ਤੇੜੇ ਨਹੀਂ ਪਹੁੰਚ ਸਕੇ। ਇੰਡੀਵਿਜੁਅਲੀ ਮੈਨੂੰ ਪਤਾ ਸਾਡੇ ਪਟਿਆਲੇ ਚੌਧਰੀ ਹਰੀ ਰਾਮ ਐਕਸਾਈਜ਼ ਕਮਿਸ਼ਨਰ ਸੀ, ਉਹ ਬਹੁਤ ਇਸ ਪਾਸੇ ਕੰਮ ਕਰਦੇ ਸੀ। ਦਰਸ਼ਨ ਕੁਮਾਰ ਜੀ ਸਾਡੇ ਡੀ ਸੀ ਸੀ ਪਟਿਆਲੇ, ਉਹ ਇਸ ਪਾਸੇ ਬਹੁਤ ਕੰਮ ਕਰਦੇ ਸੀ। ਉਹ ਫਿਰ ਮੈਂ ਬਾਮ ਸੇਫ ਵਾਲਿਆਂ ਨਾਲ ਵੀ ਕੰਮ ਕਰਨ ਦਾ ਮੌਕਾ ਮਿਲਿਆ, ਟੀ ਐੱਸ 4 ਵਾਲਿਆਂ ਨੂੰ ਵੀ ਕੰਮ ਕਰਨ ਦਾ ਮੌਕਾ ਮਿਲਿਆ। ਔਰ ਗੁਰਦਾਸਪੁਰ ਦੇ ਛੋਟੇ ਜਿਹੇ ਪਿੰਡ ਵਿੱਚ ਪੈਦਾ ਹੋਈ ਉਸ ਮਹਾਨ ਸ਼ਖਸੀਅਤ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨਾਲ ਵੀ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ। ਉੱਥੇ ਵੀ ਇਹ ਵਿਚਾਰ ਕਰਦੇ ਰਹੇ, ਹੁਣ ਵੀ ਮੈਂ ਇਹ ਅੱਗੇ ਕਹਿਣਾ ਚਾਹੁੰਦਾ ਹਾਂ ਕਿ ਜਿਵੇਂ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਫਰਮਾਇਆ, ਰੋਗ ਦਾਰੂ ਦੋਵੇਂ ਬੁੱਝੇ ਤਾਂ ਮੈਂ ਸਜਾਨ। ਇਹ ਰੋਗ ਤਾਂ ਆਪਣਾ ਬਹੁਤ ਪੁਰਾਣਾ, ਬਹੁਤ ਵੱਖ ਵੱਖ ਜਥੇਬੰਦੀਆਂ ਜੀ ਦੀ ਪਛਾਣ ਵੀ ਕੀਤੀ ਹੈ, ਲੇਕਿਨ ਰੋਗ ਉੱਥੇ ਹੀ ਹੈ, ਵਧੇ ਜਾ ਰਿਹਾ। ਭਾਵੇਂ ਇਹ 21ਵੀਂ ਸਦੀ ਆ ਗਈ, ਸਾਇੰਸ ਦਾ ਵਿਗਿਆਨ ਦਾ ਯੁੱਗ ਆ ਗਿਆ, ਬਹੁਤ ਬੜੀਆਂ ਖੋਜਾਂ ਹੋਈਆਂ, ਲੋਕ ਚੰਦ 'ਤੇ ਚਲੇ ਗਏ, ਮੰਗਲ ਗ੍ਰਹਿ 'ਤੇ ਚਲੇ ਗਏ, ਲੇਕਿਨ ਜਿਹੜੇ ਰੋਗ ਇਹਦਾ ਹੱਲ ਨਹੀਂ ਕੋਈ ਲੱਭ ਰਿਹਾ। ਜਿੰਨਾ ਚਿਰ ਸਿਰ ਜੋੜ ਕੇ ਉਹਦਾ ਹੱਲ ਨਹੀਂ ਲੱਭਾਂਗੇ, ਉਹਦੇ ਬਾਰੇ ਸੰਜੀਦਾ ਯਤਨ ਨਹੀਂ ਕਰਾਂਗੇ, ਉਨ੍ਹਾਂ ਚਿਰ ਕੋਈ ਪ੍ਰਾਪਤੀ ਹੁੰਦੀ ਦਿਖਦੀ ਨਹੀਂ। ਉਹ ਬਿਮਾਰੀ ਇੰਨੀ ਵੱਧ ਗਈ, ਮੈਨੂੰ ਉਸਦੇ ਸੈਕਟਰੀਏਟ 'ਚ ਬੈਠਣ ਦਾ ਮੌਕਾ ਮਿਲਿਆ 97 ਤੋਂ 2001 ਤੱਕ। ਉੱਥੇ ਬਿਮਾਰੀ ਐਸਾ ਚੱਲਦੀ ਹੈ, ਦੋ ਅੱਖਰ ਬੜਾਏ ਹੋਏ ਨੇ, ਇੱਕ MS ਹੈ, ਇੱਕ RS ਹੈ। ਜੇ RS 'ਚ ਦੀ ਫਾਈਲ ਕਿਸੇ MS ਵਾਲੇ ਕੋਲ ਚਲੇ ਗਈ ਤਾਂ ਸਮਝ ਲਓ ਵੀ ਉਹ ਤਾਂ ਨਰਕ 'ਚ ਭੇਜ ਦੇਗਾ, ਜੇ MS ਦੀ RS ਵਾਲੇ ਕੋਲ ਚਲੇ ਗਈ ਫਿਰ ਉਹ ਵੀ ਆਪਣੀ ਕਸਰ ਕੱਢ ਰਹੇ। ਇਹ ਬਿਮਾਰੀ ਇੰਨੀ ਦੂਰ ਤੱਕ MS RS ਦਾ ਤੁਹਾਨੂੰ ਕੁਛ ਬੰਦਿਆਂ ਨੂੰ ਪਤਾ ਵੀ ਹੋਣਾ, ਰਵਿਦਾਸ ਹੀ ਹੈ ਸਿੱਖ, ਮਜ਼ਹਬੀ ਸਿੱਖ, ਇਹਦੀ ਇੰਨੀ ਦੂਰ ਤੱਕ ਲੜਾਈ ਆਪਣੀ ਬਣੀ ਹੋਈ ਹੈ, ਸਮਾਜ ਲੀਰੋ ਲੀਰ ਹੋਇਆ ਪਿਆ, ਅਤੇ ਜਿੰਨਾ ਚਿਰ ਉਹਦੇ 'ਚ ਏਕਤਾ ਦੀ ਕੋਈ ਲੜੀ ਨਹੀਂ ਪਰੋਵਾਂਗੇ,
ਉਹਨਾਂ ਚਿਰ ਫਿਰ ਜਦੋਂ ਡਿਵਾਈਡਡ ਰਹਾਂਗੇ ਤਾਂ ਪਹਿਲਾਂ ਵੀ ਇਹੀ ਹੋਇਆ, ਦੇਸ਼ ਤਾਂ ਇੱਡੇ ਵੱਡਾ ਸੀ ਸਮੇਂ ਦੇ ਹਿਸਾਬ ਨਾਲ, ਕਦੇ ਕੋਈ ਸੋਚ ਸਕਦਾ ਕਿ 712 'ਚ ਮੁਹੰਮਦ ਬਿਨ ਕਾਸਿਮ 200 ਘੋੜੇ ਲੈ ਕੇ ਆ ਕੇ ਸਾਰੇ ਦੇਸ਼ ਨੂੰ ਲੜਤਾੜ ਦਾ ਚਲਾ ਗਿਆ। ਕਿਉਂ ਚਲਾ ਗਿਆ? ਸਾਰੀ 8ਵੀਂ ਸਦੀ, 9ਵੀਂ ਸਦੀ, 10ਵੀਂ ਸਦੀ, ਸਾਰਾ ਟੋਟਲ ਇਤਿਹਾਸ ਜਿਹੜਾ ਉਹ ਇੱਕ ਤੋਂ ਬਾਅਦ ਦੂਜਾ, ਦੂਜੇ ਤੋਂ ਬਾਅਦ ਤੀਜਾ, ਸਾਰੇ ਲੜਤਾੜ ਦੇ ਚਲੇ ਗਏ। ਦੇਸ਼ ਜਾਤ ਪਾਤ ਸੀ, ਵੰਡ ਵੰਡੇ 'ਚ ਲੀਰੋ ਲੀਰ ਹੋਇਆ ਸੀ, ਅਤੇ ਜਿਹਨਾਂ ਸਾਰਿਆਂ ਦੇ ਅਧਿਕਾਰ ਖੋਲ੍ਹੇ ਉਹ ਇਸ ਕਰਕੇ ਜਿਸ ਸੰਘਰਸ਼ ਨਹੀਂ ਕਰ ਸਕੇ ਗਏ, ਉਦੋਂ ਅਧਿਕਾਰ ਹੀ ਕੋਈ ਨਹੀਂ ਸੀ, ਉਹਦੇ ਕੋਲ ਕਿਸੇ ਤਰ੍ਹਾਂ ਦਾ ਕੋਈ ਸਹੂਲਤ ਨਹੀਂ ਸੀ। ਜਿਹਨਾਂ ਕੋਲ ਸੀ ਉਹਦੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਬੜਾ ਉਲਾਂਭਾ ਦਿੱਤਾ ਸਾਰੀ ਬਾਣੀ ਵਿੱਚ, ਕਿ ਉਹ ਤਾਂ ਆਪਣੇ ਐਸ਼ ਇਸ਼ਤ ਵਿੱਚ ਫਸ ਗਏ, ਉਹਨਾਂ ਨੇ ਆਪਣਾ ਜੋ ਧਰਮ ਸੀ, ਰਾਜ ਧਰਮ ਸੀ, ਉਹ ਪਵਾਇਆ ਹੀ ਨਹੀਂ ਹੈ, ਅਤੇ ਉਹਦਾ ਨਤੀਜਾ ਆਪਾਂ ਕਈ ਹਜ਼ਾਰ ਸਾਲ ਜਿਹੜੇ ਉਹ ਗੁਲਾਮ ਰਹੇ। ਔਰ ਫਿਰ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਵਿਲੱਖਣਤਾ ਇਹ ਹੈ ਕਿ ਉਹਨਾਂ ਨੇ ਜਿਹੜਾ ਹਿੰਦੁਸਤਾਨ ਦੇ ਲੋਕਾਂ ਨੂੰ ਮੈਸੇਜ ਦਿੱਤਾ ਕਿ ਤੁਹਾਡੇ ਦੁੱਖਾਂ ਦਾ ਦਾਰੂ ਇਸ ਵਿੱਚ ਹੈ, ਅਤੇ ਇੱਕ ਹੋਵੋ, ਇਕੱਠੇ ਹੋ, ਇੱਕ ਪਿਤਾ ਇੱਕ ਸਕੇ ਹਮ ਬਾਰਗ, ਜੈਸਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਫਰਮਾਇਆ। ਜੇ ਉਤਪੱਤੀ ਇੱਕ ਤੋਂ ਹੋ ਰਹੀ ਹੈ, ਪਾਲਣ ਪੋਸ਼ਣ ਇੱਕ ਤੋਂ ਹੋ ਰਿਹਾ, ਅਤੇ ਡਿਸਟਰੋਏ ਕਰਨ ਵਾਲੇ ਵੀ ਹੋਈ ਹੈ, ਇੱਕੋ ਸ਼ਕਤੀ ਹੈ, ਅਤੇ ਫਿਰ ਆਪਸ ਦੇ ਵਿੱਚ ਕਿਉਂ ਲੜ ਰਹੇ ਹੋ? ਭਾਈ ਮਰਦਾਨੇ ਨੂੰ ਇਸ ਕਰਕੇ ਆਪਣਾ ਸਾਥੀ ਬਣਾਇਆ, ਔਰ ਉਹਨੂੰ ਆਪਣਾ ਭਾਈ ਕਿਹਾ। ਗੁਰੂ ਨਾਨਕ ਦੇਵ ਦਾ ਇੱਕੋ ਭੈਣ ਸੀ ਬੇਬੇ ਨਾਨਕੀ, ਭਾਈ ਕੋਈ ਨਹੀਂ ਸੀ, ਲੇਕਿਨ ਜੇ ਭਾਈ ਦਾ ਖਿਤਾਬ ਕਿਸੇ ਨੂੰ ਮਿਲਿਆ, ਕਿਸੇ ਨੂੰ ਮਾਣ ਮਿਲਿਆ, ਉਹ ਮਰਾਸੀ ਨੂੰ ਮਿਲਿਆ। ਔਰ ਬੜਾ ਕਲੀਅਰ ਮੈਸੇਜ ਸੀ ਇਹ ਕਿ ਇੱਕ ਬਿਰਦੇ ਜਿਹਨੂੰ ਉੱਚ ਜਾਤੀ ਕਿਹਾ ਜਾਂਦਾ ਸੀ, ਉਹਦਾ ਜਿਹੜਾ ਮਹਾਂਪੁਰਸ਼ ਉਹਦਾ ਗੁਰੂ ਵੀਰ ਅਤੇ ਨਾਲ ਆਪਣੇ ਲੈ ਕੇ ਉਹਨੂੰ ਚੱਲ ਰਿਹਾ। ਔਰ ਉਹ ਸਿਧਾਂਤ ਸਾਰਾ ਤੁਸੀਂ ਗੁਰੂ ਸਾਹਿਬਾਨ ਦਾ ਇਤਿਹਾਸ ਪੜ੍ਹ ਕੇ ਵੇਖੋਗੇ, ਸ਼ਾਨਾ ਬਿਸ਼ਾਨਾ ਕਿਸ ਤਰ੍ਹਾਂ ਸਾਰਾ ਅਲਟੀਮੇਟਲੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਦੁਆ ਕੇ ਮਿਲ ਗਈ। ਲੇਕਿਨ ਉਹਦੇ ਬਾਅਦ ਵੀ ਅੱਜ ਤੱਕ ਇਹ ਝਗੜਾ ਪਿਆ ਹੋਇਆ ਕਿ ਆਪਾਂ ਕੋਈ ਭਗਤ ਰਵਿਦਾਸ ਜੀ ਕਹੋ, ਜੀ ਕੋਈ ਕਹਿੰਦਾ ਗੁਰੂ ਰਵਿਦਾਸ ਜੀ ਕਹਿੰਦਾ। ਜਿਹੜੇ 6 ਗੁਰੂ ਸਾਹਿਬਾਨ, 15 ਭਗਤਾਂ, 11 ਭੱਟਾਂ, 4 ਗੁਰਸਿੱਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਦਰਜ ਹੈ 1430 ਅੰਗ ਵਿੱਚ। ਦਸੇ ਪਾਤਸ਼ਾਹ ਨੇ ਨੰਦੇੜ ਦੀ ਧਰਤੀ 'ਤੇ ਸਾਰਿਆਂ ਨੂੰ ਗੁਰਬਾਣੀ ਸ਼ਬਦ ਰੂਪ ਦੇ ਵਿੱਚ ਗੁਰਤਾ ਗੱਦੀ ਦਿੱਤੀ ਹੈ। ਉਹਦੇ 'ਚ ਇਹ ਤਾਂ ਕਿਹਾ ਨਹੀਂ ਹੈ ਕਿ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨੂੰ ਕਿਹਾ। ਕੁਝ ਇਹ ਵੀ ਨਹੀਂ ਕਿਹਾ ਵੀ ਜੇ ਸਤ ਬ੍ਰਾਹਮਣ ਦੀ ਬਾਣੀ ਵਿੱਚ ਦਰਜ ਹੈ ਉਸੇ ਦਿਆ ਗਿਆ। ਇਹਦੀ ਕਿਹਾ ਗੱਲ ਕਿ ਨਾਮਦੇਵ ਦੀ, ਕਬੀਰ ਦੀ ਬਾਣੀ ਨੂੰ, ਸਦਨ ਦੀ ਬਾਣੀ ਨੂੰ, ਉਹ ਟੋਟਲ ਜਿਹੜੀ ਹੈ ਸ਼ਬਦ ਰੂਪ ਵਿੱਚ ਜਿਹੜੀ ਬਾਣੀ ਦਰਜ ਹੈ ਉਹ ਸਾਰੀ ਬਾਣੀ ਨੂੰ। ਇਹ ਝਗੜਾ ਹੀ ਨਹੀਂ ਮੁੱਕ ਸਕਿਆ। ਉਹਦੇ ਪਿੱਛੇ ਕਿਹੜੀਆਂ ਸ਼ਕਤੀਆਂ ਨੇ? ਜਿੱਦਾਂ ਮੇਗਾ ਸਾਹਿਬ ਮਾਨ ਸਿੰਘ ਵੀ ਬਹੁਤ ਕਲੀਅਰ ਬਹੁਤ ਸਾਰੀ ਗੱਲਾਂ ਕਰਕੇ ਗਏ ਨੇ ਆਪਣੇ ਸਾਹਮਣੇ, ਉਹ ਸ਼ਕਤੀਆਂ ਪਿੱਛੇ ਅੱਜ ਵੀ ਹੈਗੀਆਂ। ਉਹਨਾਂ ਦਾ ਇੱਕੋ ਹੀ ਨਿਸ਼ਾਨਾ ਕਿ ਇਹ ਡਿਵਾਈਡ ਕਰਕੇ ਰੱਖੋ, ਇਹਨਾਂ ਨੂੰ ਆਪਸ ਵਿੱਚ ਲੜਾ ਕੇ ਰੱਖੋ। ਇੰਨੇ ਸੱਜਣ ਸਾਰੇ ਬੈਠੇ, ਬਹੁਤ ਉਸੇ ਸੱਜਣ ਬੈਠੇ ਨੇ। ਕਿਤਾਬ ਮੈਂ ਪੜ੍ਹਾਂਗਾ, ਪੜ੍ਹਨ ਤੋਂ ਬਾਅਦ ਫਿਰ ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਇਸੋ 2 ਲੱਖ ਬਿਰਦੀ ਦੀ ਗੱਲ ਆਈ, ਬਹੁਤ ਸਾਰੇ ਲੋਕਾਂ ਦੀ ਗੱਲ ਆਈ ਪਿੱਛੇ ਸਮੇਂ। ਮਿਸਟਰ TR ਸਾਰੰਗਲ ਆਪਣੇ ਆਈ ਐੱਸ ਹੁੰਦੇ ਸੀ, ਰਿਟਾਇਰ ਹੋ ਗਏ, ਬਹੁਤ ਸਾਰੇ ਲੋਕ ਆਪਣੇ ਆਪਣੇ ਥਾਂ 'ਤੇ ਕੰਮ ਤਾਂ ਕਰ ਰਹੇ ਨੇ। ਮੈਂ ਸਾਰੰਗਲ ਸਾਹਿਬ ਨੂੰ ਮੈਂ ਬਹੁਤ ਕਿਹਾ, 2 ਲੱਖ ਜੀ ਕੋਲੋਂ ਬਹੁਤ ਵਾਰ ਜਾਂਦੇ ਰਹੇ ਬਿਰਦੀ ਸਾਹਿਬ ਕੋਲ, ਕਿ ਤੁਸੀਂ ਲਿਖ ਤਾਂ ਰਹੇ ਹੋ ਪਰ ਇਹਨੂੰ ਕਦੇ ਪਹੁੰਚਾਈਏ ਤਾਂ ਸਹੀ ਸਮਾਜ ਦੇ ਤੱਕ, ਤਾਂ ਪਹੁੰਚਾਈਏ ਸਮਾਜ ਦੇ ਜਿਹੇ ਜੇ ਤਾਂ ਕੋਈ ਬਾੜੀਏ ਵੀ ਤੁਸੀਂ ਕਹਿਣਾ ਕੀ ਚਾਹੁੰਦੇ ਹੋ। ਪਰ ਉਹ ਤਾਂ ਚੱਲੀਏ, ਜੇ ਗੁਰੂ ਨਾਨਕ ਦੇਵ ਆਪਣੀ ਗੱਲ ਸਮਝਾਉਣ ਲਈ 4 ਉਦਾਸੀਆਂ ਕਰਦੇ ਨੇ,
ਉਹਨਾਂ ਤੋਂ ਪਿੱਛੋਂ ਜਿਹੜੇ ਗੁਰੂ ਸਾਹਿਬਾਨ ਨੇ ਉਹਨਾਂ ਥਾਵਾਂ 'ਤੇ ਬਹੁਤ ਦੂਰ ਦੂਰ ਤੱਕ ਗਏ। ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਾਹਮਣੇ ਤੱਕ ਗਏ, ਅਸੀਂ ਧਾਕੇ ਤੱਕ ਗਏ ਜੀ ਜਦੋਂ ਗੁਰੂ ਗ੍ਰੰਥ ਪਾਤਸ਼ਾਹ ਦੇ ਪ੍ਰਕਾਸ਼ ਦਾ ਪਤਾ ਲੱਗਿਆ, ਪਰ ਸਾਡੀ ਗੱਲ ਨਹੀਂ ਸੁਣੀ ਗਈ। ਫਿਰ ਬੰਦਾ ਕੀ ਕਰਦਾ, ਤੁਸੀਂ ਸੁਣੋ ਨਾ, ਫਿਰ ਉਹ ਵਾਹਿਸ਼ ਵਿੱਚ ਜਗ੍ਹਾ ਇਹ ਤੁਹਾਡੇ ਅੰਦਰ ਦੀ ਜਿਹੜੀ ਚੰਗਿਆੜੀ ਹੈ ਉਹਨੂੰ ਕੰਟਰੋਲ ਕਰਦਾ ਬੰਦਾ ਕਰਦਾ ਹੈ। ਇਸ ਕਰਕੇ ਢਿੱਲੋਂ ਸਾਹਿਬ ਬਹੁਤ, ਤੁਸੀਂ ਬੜੇ ਵਿਦਵਾਨ ਹੋ, ਬਹੁਤ ਚੈਨਲ 'ਤੇ ਵੀ ਤੁਸੀਂ ਆਉਂਦੇ ਹੋ ਸਾਰਾ। ਇਹ ਜਿੰਨਾ ਚਿਰ ਪਹਿਲਾਂ ਆਪਣਾ ਜਿਹੜਾ ਸਿੱਖ ਭਾਈਚਾਰਾ, ਜੇ ਸਿੱਖ ਭਾਈਚਾਰਾ ਉਹਦੇ 'ਚ ਜਿਹੜੀ ਜਾਤ ਪਾਤ ਜਿਹੜੀ ਹੈ ਉਹ ਮੁੱਕਣੀ ਚਾਹੀਦੀ ਹੈ। ਆਪਣੇ ਸਾਰਾ ਵੱਖਰੇ ਵੱਖਰੇ ਗੁਰਦੁਆਰਾ, ਸਰ ਉਦਾਸ ਜੀ ਦਾ ਗੁਰਦੁਆਰਾ, ਰਾਮਗੜੀਆ ਦਾ ਗੁਰਦੁਆਰਾ, ਨਾਮਦੇਵੀ ਦਾ ਗੁਰਦੁਆਰਾ, ਗੁਰਦੁਆਰੇ ਵੱਖਰੇ ਹੋ ਗਏ। ਜੇ ਗੁਰਦੁਆਰਾ ਵੱਖਰਾ ਵੱਖਰਾ ਇਸ ਦਾ ਨਾਂ 'ਤੇ ਹੋਏਗਾ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਕਿਵੇਂ ਮੰਨ ਲਿਆ? ਇਸ ਮੇਰਾ ਇਹ ਖਿਆਲ ਆ, ਆਪਾਂ ਨੂੰ ਬਹਿ ਕੇ ਕਿਵੇਂ ਕੋਈ ਐਸੇ ਪੂਰੀ ਜੋਤਬੰਦੀ ਕਰਨੀ ਚਾਹੀਦੀ, ਭਲਾਈ ਕਰਨੀ ਚਾਹੀਦੀ ਹੈ। ਅਤੇ ਬੰਦਿਆਂ ਬਹੁਤਿਆਂ ਦੀ ਗੱਲ ਨਹੀਂ ਹੁੰਦੀ, ਬੰਦੇ ਭਾਵੇਂ ਥੋੜ੍ਹੇ ਹੋਣ, ਕਮਿਟਡ ਹੋਣ, ਅਤੇ ਜਦੋਂ ਬੰਦਿਆਂ ਨੂੰ ਗੱਲ ਸਮਝ ਆ ਜੇ, ਆਪਣੀ ਗੱਲ ਸਮਝਾਉਣ ਲਈ ਤੁਰ ਪੈਣਗੇ ਤਾਂ ਲੋਕ ਨਾਂ ਦੇ ਨਾਲ ਬਹੁਤ ਵਾਰ ਇਕੱਠੇ ਹੋ ਜਾਣਗੇ। ਕਾਂਸ਼ੀ ਰਾਮੀ ਦੀ ਗੱਲ ਆਪਾਂ ਤਾਂ ਕੀਤੀ ਆ, ਕਿੰਨੇ ਬੰਦੇ ਸੀ ਉਹਦੇ ਨਾਲ, ਦੁਨੀਆਂ ਆ ਕੇ ਮਾਰਤੀ ਵੀ ਬਦਕਿਸਮਤੀ ਆਪਣੀ ਕਿ ਉਹਨਾਂ ਦੀ ਉਮਰ ਦਾ ਤਕਾਜ਼ਾ ਹੋ ਗਿਆ ਔਰ ਉਹ ਲੰਮਾ ਸਮਾਂ ਆਪਣੇ 'ਚ ਹੋਰ ਨਹੀਂ ਰਹਿ ਸਕੇ। ਬੜਾ ਵੱਡਾ ਇਨਕਲਾਬ, ਮੈਂ ਦੇਖਿਆ ਕਿ ਜਦੋਂ ਉਹ ਸ਼ਕਤੀ ਉਹਨਾਂ ਦੇ ਮਗਰ ਖੜੀ ਲੋਕਾਂ ਦੀ, ਬੜੇ ਬੜੇ ਲੀਡਰ ਜਿਹੜੇ ਬਾਹਰ ਬੈਠ ਕੇ ਟਾਈਮ ਮੰਗਦੇ ਫਿਰਦੇ ਸੀ, ਬੜੇ ਬੜੇ ਲੀਡਰ ਜਿਹੜੇ ਬਾਹਰ ਬੈਠਦੇ ਸੀ ਕਿ ਅਸੀਂ ਟਾਈਮ ਦਿਓ, ਇੱਦਾਂ ਦਾ ਕੋਈ ਸ਼ਖਸੀਅਤ ਜਿਹੜੀ ਉਹਦੀ ਉਭਾਰੀ ਕਰਨੀ ਚਾਹੀਦੀ ਹੈ। ਬਿਨਾਂ ਲੀਡਰ ਤੋਂ, ਬਿਨਾਂ ਸ਼ਖਸੀਅਤ ਤੋਂ ਜਿਹੜੀ ਦੇ ਮਗਰ ਲੋਕ ਲੱਗ ਸਕਣ, ਜਿਹਦੇ ਲੋਕ ਪੂਰਾ ਵਿਸ਼ਵਾਸ ਕਰ ਸਕਦੇ ਹੋਣ ਕਿ ਇਹ ਆਪਣਾ ਵਿਗਾੜ ਵਿਰਾਡਾ ਸਾਂਢੇ ਦੇ ਆਧਾਰ 'ਤੇ ਚੱਲੇਗਾ, ਸਿਧਾਂਤ ਨੂੰ ਲੈ ਕੇ ਚੱਲੇਗਾ, ਆਪਣੇ ਘਰ ਦੀਆਂ ਕਾਰਾਂ ਕੋਠੀਆਂ ਦੌਲਤ ਨਹੀਂ ਬਣਾਏਗਾ, ਸਾਡੇ ਨਾਲ ਧੋਖਾ ਨਹੀਂ ਕਰੇਗਾ। ਆਪਣੇ ਤਾਂ ਬਹੁਤ ਬਹੁਤ ਵਾਰੀ ਐਸਾ ਹੁੰਦਾ ਰਿਹਾ, ਅਤੇ ਸਾਰੇ ਕਹਿੰਦੇ ਲਿਖੇ ਦੇ ਨਹੀਂ ਕਰਦੇ। ਮੈਂ ਰਾਮ ਰਾਜ ਪਾਸਵਾਨ ਜੀ ਨਾਲ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ, ਉਹਨਾਂ ਨੇ ਮੇਰਾ ਇਹ ਝਗੜਾ ਰਿਹਾ ਕਿ ਇਹ ਕਿਸ ਤਰ੍ਹਾਂ ਹੋ ਰਿਹਾ, ਵੱਖਰ ਵੱਖਰੀਆਂ ਪਾਰਟੀਆਂ, ਵੱਖਰੇ ਵੱਖਰੇ ਦੇ ਸਿਧਾਂਤ ਨੇ, ਆਪਾਂ ਹਰ ਪਾਰਟੀ 'ਚ ਫਿੱਟ ਹੋ ਸਕਦੇ ਹਾਂ, ਅਤੇ ਭਾਈਚਾਰਾ ਕਿੱਥੇ ਚਲਿਆ ਗਿਆ? ਇਸ ਲਈ ਮੈਂ ਬੜਾ ਵੱਡਾ ਡੂੰਘਾ, ਬੜਾ ਦਰਦ ਹੈ, ਬੜਾ ਦੁੱਖ ਹੈ, ਬੜੀ ਬੜੀ ਸਮੱਸਿਆ, ਬੜੀ ਡੂੰਘੀ ਹੈ। ਜਿਵੇਂ ਕਿ 15% ਕਹਿ ਰਹੇ ਹੋ, ਉਹ ਬੜੇ ਸ਼ਾਤਰ ਲੋਕ ਨੇ, ਬਹੁਤ ਸ਼ਾਤਰ ਲੋਕ ਨੇ, ਉਹ ਕਾਇਦਾ ਕਮਾਉਣ ਜਾਣਦੇ ਨੇ, ਕਮਾ ਰਹੇ ਨੇ, ਅੱਜ ਦੇ ਵੀ ਕਮਾ ਰਹੇ, ਪਹਿਲਾਂ ਦੇ ਕਮਾ ਰਹੇ ਨੇ। ਦੋਨੇ 'ਚ ਗੱਲਾਂ ਦੇਖਣੀਆਂ ਪੈਣਗੀਆਂ ਕਿ ਸਮਾਜ ਨੂੰ ਇਕੱਠਾ ਕਿਵੇਂ ਕਰਨਾ, ਸਮਾਜ ਨੂੰ ਅਗਵਾਈ ਕਿਵੇਂ ਦੇਣੀ ਹੈ। ਇੱਥੇ ਇੱਥੇ ਝਗੜਾ ਪੈ ਜਾਏਗਾ ਵੀ ਇਹ ਹਿੰਦੂ ਆ ਜੀ ਦਲਿਤ, ਇਹ ਸਿੱਖ ਹੈ ਦਲਿਤ, ਇਹਦੇ ਝਗੜਾ ਪੈ ਜਾਏਗਾ। ਢਿੱਲੋਂ ਸਾਹਿਬ, ਤੁਸੀਂ, ਮੈਂ ਤੁਹਾਡੇ ਸਾਰੇ ਦੇ ਵਿਚਾਰ ਸੁਣਨੇ ਆ ਸਾਰੇ, ਬਾਅਦ 'ਚ ਕਿਤੇ ਮੈਂ ਦੁਬਾਰਾ ਵੀ ਤੁਹਾਡੇ ਕੋਲ ਆਵਾਂਗੇ, ਪਰ ਸੋਚ ਕੇ ਸਮਝ ਕੇ ਆਵਾਂਗੇ ਕਿ ਅਸਲ 'ਚ ਗੱਲ ਕੀ ਹੋਣੀ ਚਾਹੀਦੀ ਹੈ। ਮੈਂ ਆਪਣੇ ਲੰਬੇ ਸਮੇਂ ਦੇ ਵਿੱਚ ਵੱਖ ਵੱਖ ਥਾਵਾਂ 'ਤੇ ਮੈਂ ਸੇਵਾ ਕਰਕੇ ਪਾਰਟੀ 'ਚ ਬੜੀ ਸੇਵਾ ਕੀਤੀ ਹੈ, 3 ਵਾਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਰਿਹਾ, ਪਰ ਮੈਂ ਇਸ ਗੱਲ ਲਈ ਬਹੁਤ ਯਤਨ ਕਰਦਾ ਰਿਹਾ, ਬੜਾ ਸੋਚਦੇ ਰਿਹਾ, ਬੜੇ ਵਿੱਚ ਬੜਾ ਯਤਨ ਵੀ ਕੀਤਾ ਬਹੁਤ ਸਾਰਾ, ਬੜੀ ਬੇਬਾਕੀ ਨਾਲ ਵੀ ਬੋਲੇ। ਜਿਸ ਘੱਟ ਗਿਣਤੀ ਦੀ ਗੱਲ ਤੁਸੀਂ ਕਰਦੇ ਹੋ ਹਿੰਦੁਸਤਾਨ ਦੀ, ਮੈਂ ਤਾਂ ਜਦੋਂ ਅੰਸਾਰੀ ਨੇ ਬਿਆਨ ਦਿੱਤਾ 22 ਫਰਵਰੀ 1999, ਮੈਂ ਸਭ ਤੋਂ ਵੱਧ ਮੈਂ ਉਹਦੇ 'ਚ ਬੋਲਿਆ ਸੀ ਔਰ ਕਿਹਾ ਇਹ ਗਿਆ, ਜਿਵੇਂ ਪਤਾ ਢਿੱਲੋਂ ਸਾਹਿਬ ਨੂੰ ਉਸ ਗਏ ਸੀ ਕਿ ਬਡੂੰਗਰ ਦੇ NSA ਲਾ ਦਿਓ ਅਤੇ ਇਹ ਪਤਾ ਕਰੋ ਬਡੂੰਗਰ ਦਾ IS ਨਾਲ ਕੀ ਸੰਬੰਧ ਹੈ। ਐਸੇ ਵੀ ਇਹ ਸਾਰਾ ਐਸਾ ਸੰਘਰਸ਼ ਜਿਹਦੇ 'ਚ ਹੁੰਦਾ, ਮੈਂ ਤਾਂ ਕੋਈ ਇਤਰਾਜ਼ ਨਹੀਂ ਸੀ, ਮੈਂ ਲਾਣ ਦੇ IS ਲਾਣ ਦੇ, ਭਾਵੇਂ NSA ਲਾਣ ਦੇ, ਬਹੁਤ ਜਿਹੜਾ ਦੇਖੀਆਂ ਨੇ, ਜੇ ਗੁਰੂ ਸਾਹਿਬਾਨ ਨੂੰ ਸ਼ਹੀਦੀਆਂ ਦੇਣੀਆਂ ਪਈਆਂ, ਸਿੰਘਾਂ ਨੂੰ ਸ਼ਹੀਦੀਆਂ ਦੇਣੀਆਂ ਪਈਆਂ, ਰੋਜ਼ ਬਰਦਾਸ਼ਤ ਯਾਦ ਕਰਦੇ ਹਾਂ, ਉਹਦੀ ਗੱਲ ਨਹੀਂ। ਪਰ ਮੈਂ ਇਸ ਗੱਲ ਦਾ ਮੈਂ ਪਹੁੰਚਿਆ ਇਸ ਗੱਲ 'ਤੇ ਕਿ ਅਸੀਂ
ਕੋਈ ਇੱਕ 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 ਪ੍ਰੋਗਰਾਮ ਨਹੀਂ ਦੇ ਸਕੇ ਔਰ ਇਹ ਕੋਈ ਇਕਜੁੱਟ ਹੋ ਕੇ ਤੁਰਨ ਦਾ ਕੋਈ ਰਸਤਾ ਨਹੀਂ ਦੱਸ ਸਕੇ। ਵੱਖਰੇ ਵੱਖਰੇ ਥਾਵਾਂ 'ਤੇ ਕੰਮ ਕਰਦੇ ਹੋ, ਡਿਵਾਈਡਡ ਆਪਣੀ ਸੋਚ ਹੈ, ਡਿਵਾਈਡਡ ਆਪਣਾ ਰਸਤਾ ਹੈਗਾ, ਐਸਾ ਸੋਚਣਾ ਚਾਹੀਦਾ। ਹੁਣ ਸਾਰੇ ਬੜੇ ਵਿਦਵਾਨ ਲੋਕ ਸੀ ਬੈਠੇ ਹੋ, ਸਾਹਿਬ ਹਰ ਸਿੰਘ ਜੀ ਜਿਹ 'ਤੇ ਕਿਤਾਬ ਲਿਖੀ ਆ, ਇੱਕ ਬੜਾ ਵੱਡਾ ਇਸ਼ੂ ਤੁਸੀਂ ਸੋਇਆ ਜਿਹਦੇ 'ਤੇ ਬੜੇ ਵੱਡੇ ਅੱਜ ਤੱਕ ਉਹਦੇ ਵਿਵਾਦ ਜਿਹੜੇ ਖੜ੍ਹੇ ਹੋਏ, ਤੁਸੀਂ ਵਿਵਾਦ ਜਿਹੜੇ ਖਤਮ ਕਰਤੇ, ਇਤਿਹਾਸ ਜਿਹੜਾ ਆਪਣਾ ਸਾਰਾ ਤੋੜਿਆ ਮਰੋੜਿਆ। ਮੈਂ ਤੁਹਾਨੂੰ ਛੋਟੀ ਮਿਸਾਲ ਦਿੰਦੇ ਹਾਂ, ਬਾਬਾ ਬੰਦਾ ਸਿੰਘ ਬਹਾਦਰ 9 ਜੂਨ 1716 ਨੂੰ ਉਹਦੀ ਸ਼ਹੀਦੀ ਹੋਈ ਸੀ। ਪਤਾ ਨਹੀਂ ਸੀ ਲੱਗਿਆ 2016 ਤੱਕ ਕਿ ਉਹਨਾਂ ਦਾ ਸੰਸਕਾਰ ਕਿੱਥੇ ਕੀਤਾ ਗਿਆ, ਪਤਾ ਤਾਂ ਤਾਂ ਲੱਗੇ ਜਿਹੜੇ ਇਤਿਹਾਸ ਲਿਖਿਆ ਗਿਆ। 2016 ਦੇ ਵਿੱਚ ਡਾਕਟਰ ਬਲਵੰਤ ਸਿੰਘ ਢਿੱਲੋਂ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਾਲੇ, ਉਹਨਾਂ ਨੂੰ ਇੱਕ ਕਿਤਾਬ ਮਿਲੀ ਫਾਰਸੀ ਵਿੱਚ, ਉਹਦੇ 'ਚ ਲਿਖਿਆ ਗਿਆ ਸੀ ਕਿ ਜਦੋਂ ਉਹਨਾਂ ਨੂੰ ਸ਼ਹੀਦ ਕਰਤਾ, ਇੱਕ ਮਿੰਟ ਸ਼ਹੀਦ ਕੀਤਾ ਗਿਆ, ਟੁਕੜੇ ਟੁਕੜੇ ਸ਼ਹੀਦ ਹੋਇਆ, ਫਿਰ ਜਿਹੜੇ ਥੋੜ੍ਹੇ ਸਿੱਖ ਉੱਤੇ ਰਹਿੰਦੇ ਸੀ ਉਹਨਾਂ ਨੇ ਦਰਖਾਸਤ ਦੇ ਕੇ ਆ ਗਿਆ ਮੰਗੀ, ਅਤੇ 12 ਜੂਨ ਜਾ ਕੇ ਉਹਦਾ ਸੰਸਕਾਰ ਕੀਤਾ ਗਿਆ। ਇਸ ਲਈ ਇਹ ਬੜਾ ਇਤਿਹਾਸ ਬਹੁਤ ਵੱਡਾ, ਲੇਕਿਨ ਖਿੰਡਿਆ ਪਿਆ। ਤੁਸੀਂ ਬਹੁਤ ਅੱਛੀ ਗੱਲ ਕੀਤੀ, ਸਾਰੇ ਜਿੰਨੇ ਲੋਕਾਂ ਨੇ ਠੀਕ ਲਿਖਿਆ ਗਲਤ ਲਿਖਿਆ ਸਾਰਿਆਂ ਡਿਸਕਸ ਕਰਕੇ ਇੱਕ ਨਿਰਣੇ 'ਤੇ ਪਹੁੰਚ ਗਏ ਕਿ ਦੋਸ਼ੀ ਕੌਣ ਹੈ। ਇਹ ਤਾਂ ਇੱਕ ਝਗੜਾ ਸੀ ਜਿਹੜਾ ਇਹ ਨਹੀਂ ਦੱਸ ਸਕਿਆ ਤਾਂ ਕਿ ਦੋਸ਼ੀ ਕੌਣ ਹੈ। ਦੋਸ਼ੀ ਵੀ ਲੱਭ ਲਿਆ, ਬਿਮਾਰੀ ਵੀ ਲੱਭ ਲਈ, ਅਤੇ ਅੱਗੇ ਇਹਦਾ ਦਾਰੂ ਲੱਭਣ ਦੀ ਲੋੜ ਹੈ। ਜਿੱਦਣ ਆਪਾਂ ਦਾਰੂ ਲੱਭ ਲਾਂਗੇ ਆਪਣਾ ਸਾਰਾ ਸਭ ਦਾ ਕਲਿਆਣ ਹੋ ਜਾਏਗਾ। ਅਤੇ ਹਿੰਦੁਸਤਾਨ 'ਚ ਜਿਹੜੀ ਕ੍ਰਾਂਤੀ ਹੈ ਨਾ, ਉਹ ਰਸ਼ੀਆ ਦੀ ਕ੍ਰਾਂਤੀ ਨਾਲੋਂ, ਚਾਈਨਾ ਦੀ ਕ੍ਰਾਂਤੀ ਨਾਲੋਂ, ਇੰਗਲੈਂਡ ਦੀ ਇੰਡਸਟਰੀਅਲ ਕ੍ਰਾਂਤੀ ਨਾਲੋਂ ਵੱਡੀ ਕ੍ਰਾਂਤੀ ਆਏਗੀ। ਉਹਦੇ 'ਚ ਆਪਣਾ ਕਲਿਆਣ ਹੋਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।